ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੈਸ ਟਵਿੱਟਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਡਿਸਕਸ ਕਰਾਂਗੇ NMMS ਪੰਜਾਬ ਦੇ ਰਿਜ਼ਲਟ ਦੇ ਬਾਰੇ। ਜਿਨ੍ਹਾਂ ਵੀ ਸਟੂਡੈਂਟ ਨੇ NMMS ਦਾ ਐਗਜ਼ਾਮ ਦਿੱਤਾ ਸੀਗਾ 19 ਫਰਵਰੀ ਨੂੰ, ਉਹਨਾਂ ਦਾ ਰਿਜ਼ਲਟ ਬਹੁਤ ਹੀ ਜਲਦ ਅਨਾਉਂਸ ਹੋਣ ਜਾ ਰਿਹਾ ਹੈ, ਕਿਉਂਕਿ ਹਰ ਸਾਲ ਦੀ ਐਵਰੇਜ ਜੇ ਅਸੀਂ ਦੇਖੀਏ ਰਿਜ਼ਲਟ ਦੀ, ਤਾਂ ਜਦੋਂ ਵੀ ਐਗਜ਼ਾਮ ਹੁੰਦਾ ਤਾਂ ਉਸ ਤੋਂ 2 ਜਾਂ 2.5 ਮਹੀਨਿਆਂ ਬਾਅਦ ਰਿਜ਼ਲਟ ਜਿਹੜਾ ਉਹ ਅਨਾਉਂਸ ਹੋ ਜਾਂਦਾ ਹੈ। ਜੇ ਅਸੀਂ ਇਸ ਈਅਰ ਦੀ ਗੱਲ ਕਰੀਏ ਤਾਂ ਤੁਹਾਡਾ 19 ਫਰਵਰੀ ਨੂੰ ਜਿਹੜਾ ਐਗਜ਼ਾਮ ਹੋਇਆ ਸੀ ਉਹ 2 ਜਾਂ 2.5 ਮਹੀਨੇ ਜਿਹੜੇ ਹੈਗੇ ਆ ਉਹ ਲਾਸਟ ਜਿਹੜਾ ਵੀਕ ਹੈ ਉਹ ਅਪ੍ਰੈਲ ਦਾ ਹੀ ਬਣਦਾ। 19 ਅਪ੍ਰੈਲ ਨੂੰ ਤੁਹਾਡੇ 2 ਮਹੀਨੇ ਜਿਹੜੇ ਕੰਪਲੀਟ ਹੋ ਜਾਂਦੇ ਆ ਐਗਜ਼ਾਮ ਹੋਏ ਨੂੰ। ਸੋ ਇਸ ਕਰਕੇ 19 ਤੋਂ ਬਾਅਦ ਐਂਡ 30 ਅਪ੍ਰੈਲ ਤੋਂ ਪਹਿਲਾਂ ਇਟਸ ਰਿਜ਼ਲਟ ਦਾ ਡਿਕਲੇਅਰ ਹੋਣ ਦੀ ਫੁੱਲ ਚਾਂਸ ਨੇ। ਅਸੀਂ ਟਰਾਈ ਕਰਾਂਗੇ ਕਿ NMS ਦਾ ਰਿਜ਼ਲਟ ਸਭ ਤੋਂ ਪਹਿਲਾਂ ਇਸੇ ਚੈਨਲ ਤੇ ਆਊਟ ਹੋਵੇ। ਸੋ ਜਿਨ੍ਹਾਂ ਵੀ ਸਟੂਡੈਂਟ ਨੇ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਸਬਸਕ੍ਰਾਈਬ ਕਰ ਲਓ, ਤਾਂ ਜੋ ਆਉਣ ਵਾਲੀ ਵੀਡੀਓ ਜਿਹੜੀ ਹੈ ਉਹ ਤੁਹਾਡੇ ਤੱਕ ਜਲਦ ਹੀ ਪਹੁੰਚ ਜਾਵੇ। ਇਹਦਾ ਜਿਹੜਾ ਅਫੀਸ਼ੀਅਲ ਜਿਹੜੀ ਵੈਬਸਾਈਟ ਹੈ ਜਿੱਥੇ ਰਿਜ਼ਲਟ ਅਨਾਊਂਸ ਹੋਏਗਾ ਉਹ ਹੈ ਸਾਡੇ ਕੋਲ SSAPunjab.org। ਨੈਕਸਟ ਆਪਾਂ ਗੱਲ ਕਰਦੇ ਹਾਂ ਕੱਟ ਆਫ ਕਿਵੇਂ ਦੇਖੀ ਜਾਂਦੀ ਹੈ ਐਂਡ ਇਸ ਸਾਲ ਕੱਟ ਆਫ ਜਿਹੜੀ ਹੈ ਉਹ ਕਿੰਨੇ ਪਰਸੈਂਟ ਤੇ ਜਾਏਗੀ। ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਹੜੇ ਕੁਆਲੀਫਾਈਂਗ ਮਾਰਕਸ ਨੇ ਉਹ 40% ਜਿਹੜੇ ਨੇ ਉਹ ਜਰਨਲ ਕੈਟਾਗਰੀ ਦੇ ਲਈ ਆ ਐਂਡ 32% ਜਿਹੜਾ ਉਹ SC ਐਂਡ SC ਕੈਟਾਗਰੀ ਲਈ ਆ। 40% ਦੇਖ ਲਈਏ ਤਾਂ 72 ਨੰਬਰ ਜਿਨ੍ਹਾਂ ਦੇ ਹੋਣਗੇ ਉਹ ਕੁਆਲੀਫਾਈਂਗ ਕਰਨਗੇ, ਮੈਰਿਟ ਲਿਸਟ ਦੇ ਵਿੱਚ ਨਹੀਂ ਆਉਣਗੇ, ਸਿਰਫ ਕੁਆਲੀਫਾਈਂਗ ਹੀ ਕਰਨਗੇ। ਔਰ ਜਿਹੜਾ 32% ਹੈ SC ਐਂਡ ST ਵਾਲੇ ਇਹਨਾਂ ਦੇ ਅਪਰੋਕਸੀਮੇਟਲੀ ਜਿਹੜੇ ਆ ਉਹ 55 ਜਿਹੜੇ ਨੰਬਰ ਜਿਹੜੇ ਹੋਣੇ ਚਾਹੀਦੇ ਆ ਤਾਂ ਇਹ ਕੁਆਲੀਫਾਈ ਕਰ ਜਾਣਗੇ। ਜੇ ਲਾਸਟ ਈਅਰ ਦੀ ਗੱਲ ਕਰੀਏ ਤਾਂ ਆਪਾਂ ਦੇਖਦੇ ਹਾਂ ਕਿ ਇੱਕ ਸਟੂਡੈਂਟ ਰਮਨਦੀਪ ਕੌਰ ਜਿਹੜੀ OBC ਕੈਟਾਗਰੀ ਦੇ ਵਿੱਚ ਸੀ ਉਸਦੇ 162 ਜਿਹੜੇ ਨੇ ਉਹ ਹਾਈ ਮਾਰਕਸ ਜਿਹੜੀ ਕੱਟ ਆਫ ਗਈ ਸੀ OBC ਦੇ ਵਿੱਚ ਐਂਡ SC ਦੇ ਵਿੱਚ ਜਿਹੜੀ ਕੱਟ ਆਫ ਹੈ ਉਹ ਲਾਸਟ ਈਅਰ ਜਿਹੜੀ ਹੈ ਉਹ 161 ਨੰਬਰ ਤੇ ਗਈ ਸੀ ਐਂਡ ਜਰਨਲ ਕਾਸਟ ਦੇ ਵਿੱਚ 145 ਜਿਹੜੇ ਨੇ ਉਹ ਹਾਈਐਸਟ ਜਿਹੜੇ ਮਾਰਕਸ ਗਏ ਸਨ। ਜੇ ਅਸੀਂ ਲੋਐਸਟ ਦੀ ਗੱਲ ਕਰੀਏ ਘੱਟ ਤੋਂ ਘੱਟ ਜਿਹੜੇ ਮਾਰਕਸ ਨੇ SA ਕੈਟਾਗਰੀ ਦੇ ਵਿੱਚ 91 ਜਿਹੜੇ ਨੰਬਰ ਨੇ ਉਹ ਮੈਰਿਟ ਲਿਸਟ ਦੇ ਵਿੱਚ ਆ ਗਏ ਸੀ ਐਂਡ ਜਰਨਲ ਦੇ ਵਿੱਚ 96 ਜਿਹਦੇ ਨੰਬਰ ਬਣਦੇ ਸੀਗੇ ਉਹ ਵੀ ਮੈਰਿਟ ਲਿਸਟ ਦੇ ਵਿੱਚ ਆ ਚੁੱਕੇ ਸਨ। ਨੈਕਸਟ ਅਸੀਂ ਦੇਖਦੇ ਹਾਂ ਕਿ ਕੱਟ ਆਫ ਜਿਹੜੀ ਹੈ ਉਹ ਕਿਵੇਂ ਕੱਢੀ ਜਾਂਦੀ ਹੈ। ਫਰਜ਼ ਕਰੋ ਟੋਟਲ ਸੀਟ ਜਿਹੜੀਆਂ ਹੈਗੀਆਂ ਉਹ ਪੰਜਾਬ ਦੇ ਵਿੱਚ 2100 ਸੀਟ ਨੇ ਟੋਟਲ ਐਂਡ ਐਗਜ਼ਾਮ ਦਿੱਤਾ 5000 ਸਟੂਡੈਂਟ ਨੇ ਜਿਹੜੇ ਕੁਆਲੀਫਾਈ ਕਰ ਗਏ। ਉਹ ਫਰਜ਼ ਕਰੋ 4000 ਸਟੂਡੈਂਟ ਜਿਹੜੇ ਆ ਉਹ ਕੁਆਲੀਫਾਈ ਕਰਕੇ 1000 ਸਟੂਡੈਂਟ ਜਿਹੜੇ ਆ ਉਹ ਲੈਫਟ ਹੋ ਗਏ ਇਹਦੇ ਵਿੱਚੋਂ, ਯਾਨੀ ਉਹ ਜਿਹੜਾ 40% ਦਾ ਕ੍ਰਾਈਟੇਰੀਆ ਉਹ ਕੰਪਲੀਟ ਨਹੀਂ ਕਰ ਸਕੇ। ਹੁਣ ਆਪਾਂ ਐਗਜ਼ਾਮਪਲ ਲੈਂਦੇ ਹਾਂ ਕਿ SC ਕੈਟੇਗਰੀ ਦੇ ਵਿੱਚ ਪੰਜਾਬ ਦੇ ਵਿੱਚ 700 ਸਟੂਡੈਂਟ ਰੱਖਣੇ ਆ, ਜਰਨਲ ਦੇ ਵਿੱਚ ਵੀ 700 ਰੱਖਣੇ ਆ ਐਂਡ OBC ਦੇ ਵਿੱਚ ਵੀ 700 ਸਟੂਡੈਂਟ ਰੱਖਣੇ ਆ। ਤਾਂ ਦੇਖਿਆ ਕੀ ਜਾਊਗਾ SC ਕੈਟੇਗਰੀ ਦੇ ਨਾਲ ਰਿਲੇਟਡ ਜਿਹੜਾ ਵੀ ਸਟੂਡੈਂਟ ਹੋਊਗਾ, ਫਰਜ਼ ਕਰੋ ਕਿਸੇ ਨੇ 160 ਨੰਬਰ ਲੈ ਕੇ ਟੌਪ ਕਰ ਲਿਆ, ਵੀ ਹਾਈਐਸਟ ਜਿਹੜੇ ਨੰਬਰ ਆ ਉਹ SC ਕੈਟੇਗਰੀ ਦੇ ਵਿੱਚ 160 ਨੰਬਰ ਆਏ, ਹੁਣ ਕੀ ਹੋਊਗਾ ਦੇਖਿਆ ਜਾਊਗਾ ਕਿ ਉਸ ਤੋਂ ਬਾਅਦ ਨੈਕਸਟ ਜਿਹੜਾ ਹੈਗਾ 159, 158, 157 ਇਸ ਤਰੀਕੇ ਦੇ ਨਾਲ ਡਾਊਨ ਆਉਂਦੇ ਜਾਣਗੇ। ਔਰ ਜਿੱਥੇ 700 ਸਟੂਡੈਂਟ ਕੰਪਲੀਟ ਹੋ ਗਏ ਚਾਹੇ ਉਹ 91 ਤੇ ਜਾ ਕੇ ਕੰਪਲੀਟ ਹੋਣ ਜਾਂ ਫਿਰ ਜਿਸ ਸਟੂਡੈਂਟ ਨੇ 110 ਲਏ ਆ 160 ਨੰਬਰ ਵਾਲੇ ਤੋਂ ਲੈ ਕੇ ਐਂਡ 110 ਦੇ ਵਿੱਚ ਵੀ ਜਿਹਨਾਂ ਨੰਬਰ ਲਏ ਨੇ ਇਹਦੇ ਵਿੱਚ ਵਿੱਚ ਜੇ 700 ਸਟੂਡੈਂਟ ਕੰਪਲੀਟ ਹੋ ਜਾਂਦੇ ਨੇ ਤਾਂ ਜਿਹੜੀ ਹੈ ਉਹ ਲਾਸਟ ਜਿਹੜੀ ਆ ਉਹ 110 ਨੰਬਰ ਵਾਲੇ ਨੂੰ ਹੀ ਜਿਹੜੀ NMS ਦੇ ਵਿੱਚ ਮੈਰਿਟ ਲਿਸਟ ਦੇ ਵਿੱਚ ਲਿਆ ਜਾਏਗਾ। ਇਸੇ ਤਰੀਕੇ ਨਾਲ ਜਰਨਲ ਕਾਸਟ ਵਾਲੇ ਦੇਖਣਗੇ, ਇਸੇ ਤਰੀਕੇ ਨਾਲ OBC ਕੈਟੇਗਰੀ ਦੇ ਨਾਲ ਦੇਖਿਆ ਜਾਊਗਾ। ਕ੍ਰਾਈਟੇਰੀਆ ਜਿਹੜਾ ਦੇਖਣ ਦਾ ਉਹ ਸੇਮ ਐਜ਼ ਇਟ ਇਜ਼ ਹੀ ਰਹੂਗਾ। ਇਸੇ ਚੈਨਲ ਤੇ ਅਸੀਂ NMS ਦੇ ਸਟੂਡੈਂਟ ਦੀ ਐਗਜ਼ਾਮ ਦੀ ਤਿਆਰੀ ਜਿਹੜੀ ਆ ਮੈਂ ਲਾਈਵ ਵੀ ਕਰਵਾਈ ਸੀ ਐਂਡ ਵੀਡੀਓ ਪਾ ਕੇ ਵੀ ਕਰਵਾਈ ਸੀ। ਆਈ ਹੋਪ ਕਿ ਇਸ ਵਾਰ ਜਿਹੜਾ ਰਿਜ਼ਲਟ ਆਏਗਾ ਉਹ ਮੇਰੇ ਚੈਨਲ ਤੋਂ ਜਿਨ੍ਹਾਂ ਨੇ ਤਿਆਰੀ ਕੀਤੀ ਹੈ ਉਹਨਾਂ ਵਿੱਚੋਂ ਕਾਫੀ ਸਟੂਡੈਂਟ ਜਿਹੜੇ ਨੇ ਉਹ ਮੈਰਿਟ ਲਿਸਟ ਦੇ ਵਿੱਚ ਜ਼ਰੂਰ ਆਉਣਗੇ। ਮੇਰੇ ਵੱਲੋਂ ਉਹਨਾਂ ਨੂੰ ਸਾਰਿਆਂ ਨੂੰ ਬੈਸਟ ਆਫ ਲੱਕ। ਆਈ ਹੋਪ ਤੁਹਾਨੂੰ ਇਹ ਇਨਫੋਰਮੇਸ਼ਨ ਜਿਹੜੀ ਆ ਬਹੁਤ ਵਧੀਆ ਲੱਗੀ ਹੋਊਗੀ। ਜੇ ਤੁਹਾਨੂੰ ਇਨਫੋਰਮੇਸ਼ਨ ਬਹੁਤ ਵਧੀਆ ਲੱਗੀ ਆ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਐਂਡ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਸੋ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਵੈਰੀ ਮੱਚ।